ਸੰਗਰੂਰ ਦੇ ਹਲਕਾ ਲਹਿਰਾ ਗਾਗਾ 'ਚ ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਨਾਲ ਪ੍ਰਚਾਰ ਕਰਨਗੇ। ਬੀਬੀ ਰਜਿੰਦਰ ਕੌਰ ਭੱਠਲ ਨੇ ਇੱਕ ਨੌਜਵਾਨ ਦੇ ਥੱਪੜ ਜੜਿਆ ਤਾਂ ਵੀਡੀਓ ਸੋਸ਼ਲ ਮੀਡੀਆ ਸਣੇ ਟੀਵੀ ਚੈਨਲਾਂ ਤੇ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਹਰ ਕੋਈ ਥੱਪੜ ਮਾਰਨ ਦਾ ਕਾਰਨ ਲੱਭਣ ਲੱਗਿਆ। ਪਰ ਹੁਣ ਘਟਨਾ ਤੋਂ ਬਾਅਦ ਪੀੜਿਤ ਨੌਜਵਾਨ ਖੁਦ ਮੀਡੀਆ ਸਾਹਮਣੇ ਆਇਆ, ਜਿਸ ਨੇ ਪੂਰੀ ਘਟਨਾ ਆਪਣੇ ਮੂੰਹੋਂ ਬਿਆਨ ਕੀਤੀ ਹੈ। ਮੇਰਾ ਨਾਮ ਸਰ ਕੁਲਦੀਪ ਹੈ ਅਤੇ ਮੇਰੀ ਕੁਆਲੀਫਿਕੇਸ਼ਨ ਹੈਗੀ ਹੈ ਐਮਟੈਕ ਆਈਟੀ ਐਮਫਿਲ ਕੰਪਿਊਟਰ ਸਾਇੰਸ। ਮੈਂ 2010 ਤੋਂ ਐਜ਼ ਏ ਕੰਪਿਊਟਰ ਲੈਕਚਰਰ ਜੋਬ ਕਰ ਰਿਹਾ ਜੀ ਪ੍ਰਾਈਵੇਟ ਕਾਲਜਿਸ ਦੇ ਵਿੱਚ। 2010 'ਚ ਮੈਂ ਪਾਤਲਾ ਜੋਬ ਕੀਤੀ ਸੀ, 2011 ਤੋਂ 13 ਮੈਨੇ ਜੋਬ ਕੀਤੀ ਕਰਨਲ ਡਿਗਰੀ ਕਾਲਜ ਚੋਂ ਲੜਕਲਾਂ। 2013 ਤੋਂ 2017 ਤੱਕ ਮੈਨੇ ਜੋਬ ਕੀਤੀ ਹੈ ਆਈ ਜੀ ਗੌਰਮੈਂਟ ਕਾਲਜ ਟੋਹਾਣਾ। ਕਿਤੇ ਵੀ ਮੇਰਾ ਰਿਕੋਰਡ ਤੁਸੀਂ ਚੈੱਕ ਕਰ ਸਕਦੇ ਹੋ, ਕਿਸੇ ਪੋਲੀਟੀਕਲ ਪਾਰਟੀ ਨਾਲ ਮੇਰਾ ਕੋਈ ਲਿੰਕ ਨਹੀਂ ਰਿਹਾ, ਨਾ ਹੀ ਮੈਨੂੰ ਕਿਸੇ ਪੋਲੀਟੀਕਲ ਪਾਰਟੀ ਦੀ ਕਦੇ ਜ਼ਰੂਰਤ ਪਈ। ਅੱਜ ਜਦੋਂ ਕੇਵਲ ਸਿੰਘ ਢਿੱਲੋਂ ਪਲੱਸ ਬੀਬੀ ਰਜਿੰਦਰ ਕੌਰ ਭੱਠਲ ਸਾਡੇ ਪਿੰਡ 'ਚ ਵੋਟ ਕੈਂਪੇਨ ਦੇ ਲਈ ਆਏ ਸੀਗੇ ਤਾਂ ਉਹਨਾਂ ਦੇ ਚੋਣ ਪ੍ਰਚਾਰ ਸੁਣ ਕੇ ਮੈਨੂੰ ਕੁਛ ਮੁੱਦੇ ਲੱਗੇ ਕਿ ਮੈਂ ਉਹਨਾਂ ਸਾਹਮਣੇ ਮੁੱਦੇ ਚੱਕਾਂ। ਜਦੋਂ ਕੇਵਲ ਸਿੰਘ ਢਿੱਲੋਂ ਜੀ ਆਪਣਾ ਭਾਸ਼ਣ ਦੇ ਰਹੇ ਸੀ, ਮੈਂ ਉਹਨਾਂ ਨੂੰ ਸਿਰਫ ਆਪਣਾ ਹੈਂਡ ਰੇਜ਼ ਕੀਤਾ ਕਿ ਮੈਂ ਤੁਹਾਡੇ ਤੋਂ ਇੱਕ ਦੋ ਕੁਐਸਚਨ ਕਰਨਾ। ਕੇਵਲ ਸਿੰਘ ਢਿੱਲੋਂ ਦੀ ਜੋ ਸ਼ਬਦ ਸੀਗੇ ਉਹ ਕੁਛ ਇਸ ਤਰ੍ਹਾਂ ਸੀਗੇ, ਤੂੰ ਬਹਿ ਜਾ ਆਕਾ, ਮੈਂ ਜਾਣਦਾ ਜਿਹੜਾ ਕੁਛ ਤੂੰ ਪੁੱਛਣਾ, ਜਿਹੜੇ ਤੇਰੇ ਨਾਲ 3-4 ਹੋਰ ਨੇ ਮੈਂ ਉਹਨਾਂ ਨੂੰ ਵੀ ਜਾਣਦਾ। ਅਤੇ ਜਦੋਂ ਮੈਂ ਸਟੇਜ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਤੂੰ ਬੰਦਰਾਂ ਨੂੰ ਟਪੂਸੀਆਂ ਨਾ ਮਾਰ। ਉਹਦੀ ਲੈਂਗੁਏਜ ਬਹੁਤ ਹੀ ਰੂਡ ਲੈਂਗੁਏਜ ਸੀਗੀ, ਉਹ ਸਿਰਫ ਬੀ ਏ ਪਾਸ ਹੈ ਅਤੇ ਮੈਂ ਐਮਟੈਕ ਐਮਫਿਲ ਹਾਂ, ਇਸ ਚੀਜ਼ ਦਾ ਉਹਨੂੰ ਧਿਆਨ ਰੱਖਣਾ ਚਾਹੀਦਾ ਸੀ। ਚਲੋ ਉਹਨੇ ਬੋਲਤਾ ਕਿ ਤੂੰ ਬੰਦਰਾਂ ਨੂੰ ਟਪੂਸੀਆਂ ਨਾ ਮਾਰਦਾ, ਫਿਰ ਮੈਂ ਫਿਰ ਵੀ ਉਹਦਾ ਮਾਇੰਡ ਨਹੀਂ ਕੀਤਾ, ਚਲੋ ਕੋਈ ਗੱਲ ਨਹੀਂ, ਉਮਰ 'ਚ ਵੱਡੇ ਆ। ਮੈਂ ਇੱਕ ਪਾਸੇ ਜਾ ਕੇ ਬੈਠ ਗਿਆ, ਉੱਧਰ ਉਹਦੇ ਵਰਕਰ ਮੇਰੇ ਕੋਲ ਆਏ। ਵਰਕਰਾਂ ਨੇ ਕਿਹਾ ਕਿ ਜੋ ਤੇਰੇ ਕੁਐਸਚਨ ਸੀ ਤੂੰ ਸਾਨੂੰ ਪੁੱਛ। ਮੈਂ ਉਹਨੇ ਵਰਕਰਸ ਨੂੰ ਸਿਰਫ ਇੱਕੋ ਹੀ ਗੱਲ ਕਹੀ ਕਿ ਅਗਰ ਤੁਸੀਂ MP ਦੇ ਇਲੈਕਸ਼ਨ 'ਚ ਖੜ੍ਹੇ ਹੋ ਮੈਂ ਤੁਹਾਨੂੰ ਪੁੱਛ ਲੈਣਾ, ਬਟ ਅਗਰ ਤੁਸੀਂ MP ਦੇ ਇਲੈਕਸ਼ਨ 'ਚ ਕੈਂਡੀਡੇਟ ਨਹੀਂ ਹੈਗੇ ਮੈਂ ਤੁਹਾਨੂੰ ਨਹੀਂ ਪੁੱਛਦਾ ਹੈਗਾ। ਉਹਨਾਂ ਨੇ ਕਹਿਤਾ ਚਲੋ ਠੀਕ ਹੈ, ਤੁਸੀਂ ਢਿੱਲੋਂ ਸਾਹਿਬ ਨੂੰ ਪੁੱਛ ਲੈਣਾ। ਢਿੱਲੋਂ ਸਾਹਿਬ ਨੇ ਆਪਣਾ ਭਾਸ਼ਣ ਕੰਪਲੀਟ ਕੀਤਾ, ਨਾ ਮੈਨੂੰ ਦੁਬਾਰਾ ਪੁੱਛਿਆ ਤੂੰ ਕੁਛ ਪੁੱਛਣਾ, ਉਹ ਆਪਣਾ ਸਟੇਜ ਤੋਂ ਉਤਰ ਕੇ ਚਲੇ ਗਏ। ਬੀਬੀ ਰਜਿੰਦਰ ਕੌਰ ਭੱਠਲ ਸਟੇਜ ਤੋਂ ਉਤਰਨ ਲੱਗੇ ਹੋਏ ਸੀਗੇ, ਮੈਂ ਉਹਨਾਂ ਨੂੰ ਗੱਲ ਕਰਨ ਦੇ ਲਈ ਰੋਕਿਆ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਬੀਬੀ ਜੀ ਮੈਂ ਇੱਕ ਦੋ ਕੁਐਸਚਨ ਪੁੱਛਣੇ, ਤੁਸੀਂ ਉਹਨਾਂ ਦੇ ਜਵਾਬ ਦਿਓ। ਉਹਨਾਂ ਨੇ ਕੋਈ ਸਵਾਲ ਨਹੀਂ ਸੁਣਿਆ, ਸਿੰਪਲੀ ਗੱਲ ਕਿਹਾ ਕਿ ਮੈਂ ਜਾਣਦੀ ਹਾਂ ਜੋ ਤੂੰ ਹੈਗਾ, ਜੋ ਤੇਰੇ ਨਾਲ ਨੇ, ਜੋ ਵੀ ਤੇਰੀ ਬੈਕਗਰਾਊਂਡ ਹੈ, ਮੈਂ ਸਭ ਕੁਝ ਜਾਣਦੀ ਹਾਂ। ਮੈਂ ਉਹਨਾਂ ਨੇ ਕਿਹਾ ਚਲੋ ਠੀਕ ਹੈ, ਤੁਸੀਂ ਜਾਣਦੇ ਹੋ ਬਹੁਤ ਅੱਛੀ ਗੱਲ ਹੈ, ਬਟ ਮੇਰੇ ਸਵਾਲਾਂ ਦਾ ਜਵਾਬ ਦਿਓ। ਬਟ ਉਹਨਾਂ ਨੇ ਇਸ ਗੱਲ ਇਹ ਗੱਲ ਕਹਿਣ ਤੋਂ ਬਾਅਦ ਨਾਲ ਦੇ ਨਾਲ ਮੇਰੇ ਵੱਲ ਹੱਥ ਚੁੱਕਿਆ, ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਥੱਪੜ ਮੇਰੀ ਬਾਂਹ 'ਤੇ ਵੱਜਿਆ, ਮੈਂ ਨਾਲ ਦੇ ਨਾਲ ਉਹਨਾਂ ਨੂੰ ਹੱਥ ਫੜ ਲਿਆ ਸੀਗਾ ਕਿ ਮੂੰਹ 'ਤੇ ਨਾ ਵੱਜੇ। ਉਹਦੇ ਨਾਲ ਹੀ ਜਿਹੜੇ ਉਹਦੇ ਗਨਮੈਨ ਸੀਗੇ, ਇੱਕ ਗਨਮੈਨ ਨੇ ਆਪਣੀ ਗਨ ਦਾ ਪੁਆਇੰਟ ਮੇਰੇ ਵੱਲ ਕੀਤਾ, ਨਾਲ ਦੇ ਨਾਲ ਉਹਦੇ ਨਾਲ 2-3 ਵਰਕਰ ਸੀਗੇ, ਉਹਨਾਂ ਵਰਕਰਸ ਨੇ ਮੈਨੂੰ ਖਿੱਚ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਵਰਕਰ ਨੇ ਮੈਨੂੰ ਪਿੱਛੋਂ ਗਲਾਵਾਂ ਫੜ ਕੇ ਖਿੱਚਿਆ, 2 ਵਰਕਰ ਨੇ ਅੱਗੇ ਤੋਂ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਰੋਕ ਲਿਆ ਸੀ। ਜਦੋਂ ਉਹਨਾਂ ਨੇ ਤੁਹਾਡੇ 'ਤੇ ਥੱਪੜ ਚੁੱਕਿਆ, ਕੋਈ ਉਸ ਤੋਂ ਪਹਿਲਾਂ ਤੁਹਾਡੇ ਵੱਲੋਂ ਕੋਈ ਉਹਨਾਂ ਦੇ ਹੱਕ 'ਚ ਜਾਂ ਉਹਨਾਂ ਦੇ ਵਿਰੋਧ 'ਚ ਕੋਈ ਨਾਅਰੇਬਾਜ਼ੀ ਹੋਈ ਹੈ? ਇਹੋ ਜਿਹਾ ਕੁਛ ਨਹੀਂ ਹੋਇਆ, ਉਸ ਤੋਂ ਪਹਿਲਾਂ ਸਿਰਫ ਨਾਅਰੇਬਾਜ਼ੀ ਹੋਈ ਸੀ ਬੀਬੀ ਰਜਿੰਦਰ ਕੌਰ ਭੱਠਲ ਜਿੰਦਾਬਾਦ ਜਾਂ ਕਾਂਗਰਸ ਪਾਰਟੀ ਜਿੰਦਾਬਾਦ। ਉਹ ਤੁਸੀਂ ਵੀ ਕੀਤੀ ਸੀ? ਨਹੀਂ ਜੀ, ਮੈਂ ਨਾ ਜਿੰਦਾਬਾਦ। ਵਾਇਰਲ ਹੋਈ ਹੈ ਜਿਹੜੀ ਵੀਡੀਓ, ਉਹਦੇ ਵਿੱਚ ਤੁਹਾਡੇ ਵੱਲੋਂ ਵੀ ਪਹਿਲਾਂ ਨਾਅਰੇਬਾਜ਼ੀ ਹੋਈ ਜਾ ਰਹੀ ਸੀ? ਨਹੀਂ ਜੀ, ਪਹਿਲਾਂ ਕੋਈ ਨਾਅਰੇਬਾਜ਼ੀ ਨਹੀਂ ਹੋਈ, ਨਾਅਰੇਬਾਜ਼ੀ ਬਾਅਦ 'ਚ ਹੋਈ ਹੈ ਜਦੋਂ ਬੀਬੀ ਨੇ ਮੇਰੀ ਗੱਲ ਨਹੀਂ ਸੁਣੀ, ਉਹ ਸਟੇਜ ਤੋਂ ਉੱਤਰ ਕੇ ਚਲੇ ਗਏ। ਜੋ ਵੀਡੀਓ ਵਾਇਰਲ ਹੋਈ ਹੈ ਉਸ ਦੇ ਵਿੱਚ ਤੁਸੀਂ ਬਾਕਾਇਦਾ ਦੇਖ ਸਕਦੇ ਹੋ, ਜਦੋਂ ਬੀਬੀ ਜੀ ਚਲੇ ਗਏ ਸੀਗੇ ਉਸ ਤੋਂ ਬਾਅਦ ਮੈਂ ਖੁਦ ਬੀਬੀ ਰਜਿੰਦਰ ਕੌਰ ਭੱਠਲ ਮੁਰਦਾਬਾਦ ਦੇ ਨਾਅਰੇ ਲਗਾਏ ਸੀ। ਤੁਸੀਂ ਇਹਨੂੰ ਕਿਵੇਂ ਦਾ ਸੰਕੇਤ ਸਮਝਦੇ ਹੋ ਜਿਵੇਂ ਕਿ ਇਹੋ ਜਿਹੇ ਹਾਲਾਤ ਹੋ ਰਹੇ ਨੇ? ਇਹ ਗੁਲਾਮੀ ਦੇ ਸੰਕੇਤ ਨੇ, ਇਹ ਸੋਚਦੇ ਨੇ ਕਿ ਅਸੀਂ ਲੋਕ ਜਿਹੜੇ ਹੈਗੇ ਗੁਲਾਮ ਆ, ਕਿਉਂਕਿ ਅਸੀਂ ਲਗਾਤਾਰ 25 ਸਾਲ ਇਹਨਾਂ ਨੂੰ MLA ਬਣਾਤਾ, ਇਹ ਹੰਕਾਰ ਗਏ।
ਇਹਨਾਂ ਨੂੰ ਲੱਗਿਆ ਕਿ ਮੈਂ ਮੁੱਖ ਮੰਤਰੀ ਵੀ ਰਹਿ ਚੁੱਕੀ ਹਾਂ, ਉਪ ਮੁੱਖ ਮੰਤਰੀ ਵੀ ਰਹਿ ਚੁੱਕੀ ਹਾਂ, ਮੈਨੂੰ ਕੋਈ ਸਵਾਲ ਨਾ ਪੁੱਛੇ। ਤੁਹਾਡਾ ਸਵਾਲ ਕੀ ਸੀਗਾ ਬੀਬੀ ਜੀ ਨੂੰ? ਮੇਰਾ ਸਵਾਲ ਸੀਗਾ, ਮੇਰੇ ਪਿੰਡ ਦੇ ਵਿੱਚ ਪਿਛਲੇ 20 ਸਾਲਾਂ ਤੋਂ ਅਸੀਂ ਉਹ ਸਵਾਲ ਪੁੱਛਦੇ ਆ ਰਹੇ ਹਾਂ ਬੀਬੀ ਜੀ ਨੂੰ, ਮੇਰੇ ਪਿੰਡ ਦੇ ਵਿੱਚ ਗੰਦਾ ਪਾਣੀ ਖੜਾ ਹੈ, ਲੋਕ ਬਿਮਾਰ ਹੋ ਰਹੇ ਨੇ। ਜਨਰਲ ਕੈਟਾਗਰੀ ਦੇ ਲੋਕ ਅਜੇ ਠੀਕ ਨੇ, ਬਟ ਜੋ SC BC ਦੇ ਲੋਕ ਨੇ ਵਿਚਾਰੇ, ਉਹ ਬਹੁਤ ਜ਼ਿਆਦਾ ਉਹਦੇ ਨਾਲ ਪ੍ਰਭਾਵਿਤ ਹੋ ਰਹੇ ਨੇ। ਮੈਂ ਸਿਰਫ ਉਹ ਪਾਣੀ ਕੱਢਣ ਬਾਰੇ ਉਹਨਾਂ ਨੂੰ ਸਵਾਲ ਪੁੱਛਣਾ ਸੀਗਾ, ਪਹਿਲਾ ਸਵਾਲ ਸੀਗਾ ਮੇਰਾ, ਉਹਨਾਂ ਨੇ ਨਹੀਂ ਸੁਣਿਆ। ਦੂਸਰਾ ਸਵਾਲ ਮੇਰਾ ਸੀਗਾ ਕਿ ਸਾਡੇ ਪਿੰਡ 'ਚ ਨਹਿਰ ਨਿਕਲ ਰਹੀ ਹੈ, ਬਟ ਉਹਦੇ ਵਿੱਚ ਪਾਣੀ ਮੈਂ ਕਦੇ ਨਹੀਂ ਦੇਖਿਆ। ਮੇਰੀ ਉਮਰ 33 ਸਾਲ ਹੋ ਗਈ, ਮੈਂ ਉਹਦੇ ਵਿੱਚ ਪਾਣੀ ਨਹੀਂ ਦੇਖਿਆ। ਸਾਡੀ ਜ਼ਮੀਨ ਬੰਜਰ ਹੋਣ ਦੇ ਕਗਾਰ 'ਤੇ ਹੈ, ਅਤੇ ਇਹਦਾ ਦੋਸ਼ ਸਿਰਫ ਅਤੇ ਸਿਰਫ ਕਾਂਗਰਸ ਪਾਰਟੀ ਜਾਂ ਕਹਿ ਲਓ ਪੋਲੀਟੀਕਲ ਪਾਰਟੀ, ਕਿਉਂਕਿ ਉਹ ਨਹੀਂ ਚੱਲਣ ਦੇ ਰਹੇ। ਅਗਰ ਉਹਨਾਂ ਨੇ ਕੋਸ਼ਿਸ਼ ਕੀਤੀ ਹੁੰਦੀ, ਸਾਡੀ ਗੱਲ ਸੁਣੀ ਹੁੰਦੀ, ਸਾਡੇ ਖੇਤ ਵੀ ਵਧੀਆ ਹੁੰਦੇ, ਸਾਡੀ ਵੀ ਜੋ ਫਸਲ ਸੀਗੀ ਉਹ ਵਧੀਆ ਨਿਕਲਦੀ, ਸਾਡੇ ਜਵਾਬ ਵੀ ਵਧੀਆ ਹੁੰਦੇ, ਅਤੇ ਤੀਸਰੀ ਗੱਲ ਜਿਹੜੀ ਹੈਗੀ ਸੀ ਉਹ ਰੁਜ਼ਗਾਰ ਦੀ ਸੀਗੀ, ਜੇ ਮੈਂ ਪੁੱਛਣੀ ਸੀ। ਬਟ ਉਹਨਾਂ ਨੇ ਮੈਨੂੰ ਇੱਕ ਵੀ ਸਵਾਲ ਪੁੱਛਣ ਦਾ ਮੌਕਾ ਨਹੀਂ ਦਿੱਤਾ, ਅਤੇ ਸਿੱਧਾ ਹੀ ਉਹਨਾਂ ਨੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਉੱਧਰ ਪਿੰਡ ਵਾਸੀ ਵੀ ਨੌਜਵਾਨ ਦੇ ਪੱਖ ਵਿੱਚ ਬਿਆਨ ਦਿੰਦੇ ਦਿਖਾਈ ਦੇ ਰਹੇ ਨੇ। ਪਿੰਡ ਵਾਸੀਆਂ ਮੁਤਾਬਕ ਨੌਜਵਾਨ ਕੋਈ ਨਿੱਜੀ ਸਵਾਲ ਨਹੀਂ, ਸਗੋਂ ਪਿੰਡ ਦੇ ਮੁੱਦਿਆਂ ਬਾਰੇ ਹੀ ਬੀਬੀ ਭੱਠਲ ਅਤੇ ਕੇਵਲ ਢਿੱਲੋਂ ਤੋਂ ਸਵਾਲ ਪੁੱਛਣਾ ਚਾਹੁੰਦਾ ਸੀ, ਪਰ ਇਸ ਤੋਂ ਬੀਬੀ ਭੱਠਲ ਭੜਕ ਉੱਠੇ ਅਤੇ ਨੌਜਵਾਨ ਦੇ ਥੱਪੜ ਜੜ ਦਿੱਤਾ। ਜਿਹੜੀ ਅੱਜ ਤੁਹਾਡੇ ਪਿੰਡ 'ਚ ਘਟਨਾ ਹੋਈ ਹੈ ਬੀਬੀ ਜੀ ਨਾਲ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਪਿੰਡ ਇਹ ਬੜੀ ਮਦਭਾਗੀ ਘਟਨਾ ਸੀ ਜੀ। ਇੱਕ ਮਤਲਬ ਵੋਟਰ ਆਪਣੇ ਕੈਂਡੀਡੇਟ ਨੂੰ ਕੋਈ ਵੀ ਸਵਾਲ ਜਵਾਬ ਤਾਂ ਕਰ ਸਕਦਾ, ਪਰ ਉਹਦੇ ਆਪਣੇ ਕੋਈ ਨਿੱਜੀ ਸਵਾਲ ਜਾਂ ਕੋਈ ਆਪਣੇ ਨਿੱਜੀ ਤਾਂ ਉਹਦੇ ਕੋਈ ਮੁੱਦੇ ਨਹੀਂ ਸੀ, ਪਿੰਡ ਦੇ ਮੁੱਦੇ ਸੀ। ਇੱਕ ਦੋ ਜੋ ਵੀ ਉਹਦੇ ਬੱਚੇ ਦੇ ਮਤਲਬ ਦਿਮਾਗ ਸੀ ਉਹਨੇ ਪੁੱਛਣੇ ਸੀ, ਉਹਨਾਂ ਬਾਰੇ ਗੱਲਬਾਤ ਹੋ ਰਹੀ ਸੀ। ਕੇਵਲ ਸਿੰਘ ਢਿੱਲੋਂ ਨੇ ਉਹਨੂੰ ਮਤਲਬ ਦਬਾਉਣ ਦੀ ਕੋਸ਼ਿਸ਼ ਕੀਤੀ, ਕਹਿੰਦਾ ਤੂੰ ਬਹਿ ਜਾ, ਮੈਂ ਜਾਣਦਾ ਤੁਹਾਡੇ ਬਾਰੇ, ਤੁਸੀਂ ਕੌਣ ਹੋ, ਕੀ ਤੁਹਾਡਾ ਬੈਕਗਰਾਉਂਡ ਹੈ, ਜੋ ਵੀ ਹੈ ਮਤਲਬ। ਫਿਰ ਉਹਨਾਂ ਦੇ ਜੋ ਉਹਨਾਂ ਦੇ ਨਾਲ ਸੀ, ਉਹਨਾਂ ਦੇ ਆਗੂ ਕੁਛ ਉਹਨਾਂ ਨੇ ਪੁੱਛਣਾ ਚਾਹਿਆ ਇਹਨਾਂ ਨੂੰ, ਬਈ ਤੁਸੀਂ ਕੌਣ? ਇਹਨੇ ਬੱਚੇ ਨੂੰ ਜਵਾਬ ਕਰਿਆ ਵੀ ਜੇ ਤੁਸੀਂ ਇਲੈਕਸ਼ਨ ਲੜਦੇ ਹੋ ਤਾਂ ਤੁਹਾਡੇ ਨਾਲ ਕਰਦਾ ਮੈਂ, ਜੇ ਤੁਸੀਂ MP ਇਲੈਕਸ਼ਨ ਨਹੀਂ ਲੜ ਰਹੇ ਤਾਂ ਫਿਰ ਮੈਂ ਜਿਹੜਾ ਇਲੈਕਸ਼ਨ ਲੜ ਰਿਹਾ ਕੇਵਲ ਢਿੱਲੋਂ ਜੀ ਨੂੰ, ਉਹਨਾਂ ਨੂੰ ਸਵਾਲ ਜਵਾਬ ਮੇਰੇ ਕੁਛ ਹੈਗੇ ਨੇ ਪਿੰਡ ਦੇ ਮੁੱਦੇ ਮਤਲਬ ਉਹ ਪੁੱਛਾਂਗਾ। ਅਤੇ ਉਹਨਾਂ ਨੇ ਮਤਲਬ ਸਾਈਡ ਹੋ ਗਏ ਉਹ, ਉਹ ਤੋਂ ਬਾਅਦ ਉਹਨਾਂ ਨੇ ਜਦੋਂ ਪੁੱਛਣਾ ਚਾਹਿਆ ਕੁਲਦੀਪ ਸਿੰਘ ਜੀ ਨੇ, ਤਾਂ ਉਹਨਾਂ ਨੇ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਗਈ, ਇਹ ਬੈਠ ਗਿਆ। ਜਦੋਂ ਜਾਣ ਲੱਗੇ ਤਾਂ ਫਿਰ ਇਹਨਾਂ ਨੇ ਬੀਬੀ ਭੱਠਲ ਨੂੰ ਮੂਹਰੇ ਹੋ ਕੇ ਕਿਹਾ ਵੀ ਮੇਰੇ ਇੱਕ ਦੋ ਸਵਾਲ ਨੇ ਬੀਬੀ ਜੀ, ਉਹਨਾਂ ਦਾ ਜਵਾਬ ਦਿਓ। ਤਾਂ ਉਹਨੇ ਅੱਗੋਂ ਮਤਲਬ ਇਹਨਾਂ ਦੇ ਹੱਥ ਚਲਾਇਆ, ਥੱਪੜ ਮਾਰਨ ਦੀ ਕੋਸ਼ਿਸ਼ ਕਰੀ, ਇਹਨਾਂ ਦੇ ਬਾਂਹ 'ਤੇ ਵੱਜਿਆ। ਇਹਨਾਂ ਨੇ ਆਪਣਾ ਬਚਾਅ ਕਰਦੇ ਹੋਏ ਪਿੱਛੇ ਹਟ ਗਏ, ਅਤੇ ਕੁਛ ਉਹਨਾਂ ਦੇ ਨਾਲ ਵਰਕਰ ਸੀ ਉਹਨਾਂ ਨੇ ਮਤਲਬ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਮੈਂ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਨੌਜਵਾਨ ਕਿਸੇ ਪਾਰਟੀ ਨਾਲ ਵੀ ਸੰਬੰਧ ਰੱਖਦਾ ਸੀ? ਨਾ ਜੀ, ਇਹ ਕਿਸੇ ਪਾਰਟੀ ਨਾਲ, ਇਹ ਬੱਚਾ ਪੜ੍ਹ ਰਿਹਾ, ਪੜ੍ਹਨ ਤੋਂ ਬਾਅਦ ਆਪਣਾ ਜੋਬ ਜਾਬ ਕਿਤੇ ਪ੍ਰਾਈਵੇਟ, ਕਿਤੇ ਸਕੂਲ ਕਾਲਜ, ਜਿੱਥੇ ਵੀ। ਇਹ ਪਹਿਲਾਂ ਵੀ ਕਿਸੇ ਪੋਲੀਟੀਕਲ ਫੰਕਸ਼ਨ ਦੇ ਵਿੱਚ ਭਾਗ ਲੈਂਦਾ ਸੀ? ਨਾ ਜੀ, ਪਹਿਲੀ ਵਾਰ। ਇਹਦੇ ਵਿੱਚ ਕੋਈ ਕਿਸੇ ਦਾ ਹੱਥ ਨਹੀਂ ਹੈਗਾ, ਨਾ ਕੋਈ ਮਤਲਬ ਇਹਨੇ ਕਿਸੇ ਨੇ ਫੋਰਸ ਕਰਿਆ ਵੀ ਤੂੰ ਇਹ ਬੋਲ ਜਾਂ ਹੋਰ। ਅਸੀਂ ਮੌਕੇ 'ਤੇ ਸੀ ਉੱਥੇ। ਠੀਕ ਹੈ। ਅਤੇ ਜਿਹੜੀ ਇਹ ਘਟਨਾ ਹੋਈ ਹੈ, ਮੈਂ ਤਾਂ ਇਸ ਨੂੰ ਇਹ ਕਹਾਂਗਾ ਵੀ ਇਹੋ ਜਿਹੇ ਲੀਡਰਾਂ ਨੂੰ ਟਿਕਟਾਂ, ਜਿਹੜੇ ਕੈਪਟਨ ਜੀ ਨੇ ਜਾਂ ਜੋ ਵੀ ਹੈ ਰਾਹੁਲ ਜੀ ਹੈ, ਇਹੋ ਜਿਹੇ ਕੈਂਡੀਡੇਟ ਨੂੰ ਟਿਕਟਾਂ ਦਿੰਦੇ ਨੇ, ਇਹ ਦੇਸ਼ ਵਾਸਤੇ ਬੜਾ ਇੱਕ ਡੈਮੋਕ੍ਰੇਸੀ ਵਾਸਤੇ ਖਤਰਾ ਨੇ, ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਨਾ ਦਿੱਤੀਆਂ ਜਾਣ। ਅੱਗੇ ਵਾਸਤੇ ਕੀ ਫੈਸਲਾ ਹੋਊਗਾ ਪਿੰਡ ਦਾ? ਫੈਸਲਾ ਜੀ ਅਜੇ ਅਸੀਂ ਦੇਖਦੇ ਹਾਂ ਕੀ ਹੋਊਗਾ, ਕਰਾਂਗੇ, ਵਿਰੋਧ ਕਰਾਂਗੇ ਅਸੀਂ, ਫੈਸਲਾ ਕੀ ਹੈ ਇਹਦਾ, ਡਟ ਕੇ ਵਿਰੋਧ ਕਰਾਂਗੇ ਇਹ ਕੈਂਡੀਡੇਟ ਦਾ। ਇਕੱਠ ਵੀ ਰੱਖਿਆ ਕੋਈ ਹੈ ਜੀ ਪਿੰਡ ਦਾ? ਦੂਜੇ ਪਾਸੇ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਮਾਨ ਮੁਤਾਬਕ ਲੋਕ ਤਾਂ ਉਹਨਾਂ ਨੂੰ ਵੀ ਸਵਾਲ ਪੁੱਛਦੇ ਨੇ, ਪਰ ਉਹ ਇਸ ਤਰ੍ਹਾਂ ਕਿਸੇ ਦੇ ਥੱਪੜ ਨਹੀਂ ਮਾਰਦੇ। ਮਾਨ ਨੇ ਕਿਹਾ ਕਿ ਉਹਨਾਂ ਨੇ ਹੀ ਲੋਕਾਂ ਨੂੰ ਸਵਾਲ ਪੁੱਛਣ ਦੀ ਆਦਤ ਪਾਈ ਹੈ,
ਅਤੇ ਹੁਣ ਕਾਂਗਰਸੀ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਨੇ। ਸੰਗਰੂਰ ਤੋਂ ਸੰਜੀਵ ਗੋਇਲ, ਪੰਜਾਬੀ ਲੋਕ ਚੈਨਲ।